ये जो महीना अज प्रारंभ होया एदा जड़ा मौसम है एदे विच दिन वड्डे हो जांदे ने ते रातां छोटियां। जड़े दिहाड़ी मजदूरी करन वाले ने उन्हां नूं ए महीना बड़ा भौंदा है क्योंकि दिन विच काम वधेरे कर लैंदे ने दिन वड्डे होण करके। हुण गुरु साहिब जी ने सानूं समझाउणा कीता हर जेठ जुड़न दा लोड़ी है जिस अगे सब निवन। जेठ तो भाव भी वड्डा सब नालों वड्डा सब तो श्रेष्ठ ताकतवर संसार नूं सिरजण वाला परिपूर्ण परमात्मा। ते दूजी गल समझाई है भी निवणा किहदे अगे आ नमस्कार किहनूं करनी है। गुरु साहिब आखदे ने इस जेठ दे महीने विच उस परमात्मा अगे निव ओहनूं झुक के नमस्कार कर किनू जिस अगे सब निवन जिहदे अगे सारी सृष्टि ही निवदी है जिहनूं समुचे जीव झुक के नमस्कार करदे ने जो सब तो वड्डा है वड्डियां तो भी वड्डा है। क्योंकि बचन हुंदा है वड्डा तेरा दरबार सच्चा तुद तखत सिर शाह पातशाह निश्चल चवर छत। ਉਹ ਵੱਡਿਆਂ ਤੋਂ ਵੀ ਵੱਡਾ ਸੁਣ ਵੱਡਾ ਆਖੇ ਸਭ ਕੋਏ ਕੇਉੜ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਬਿਆਨ ਕਰਨ ਦਾ ਯਤਨ ਕੀਤਾ ਕਹਿੰਦੇ ਉਹ ਸਾਰੀ ਜ਼ਿੰਦਗੀ ਉਹ ਬਿਆਨ ਕਰਦੇ ਕਰਦੇ ਥੱਕ ਗਏ ਪੂਰਨ ਤੌਰ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਨਹੀਂ ਕਰ ਸਕੇ ਤੇ ਉਹਦੇ ਵਿੱਚ ਹੀ ਵਲੀਨ ਹੋ ਗਏ ਕਹਿਣ ਵਾਲੇ ਤੇਰੇ ਰਹੇ ਸਮਾਏ। ਭਾਵ ਸੰਸਾਰ ਤੋਂ ਰੁਖਸਤ ਹੋ ਗਏ ਪਰ ਪੂਰਨ ਤੌਰ ਤੇ ਪਰਮਾਤਮਾ ਨੂੰ ਬਿਆਨ ਨਹੀਂ ਕਰ ਸਕੇ ਕਿਉਂ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਇੱਕ ਜੀਵ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਵੱਡਤਾ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿੰਨਾ ਵੱਡਾ ਉਹਦੇ ਗੁਣ ਨਹੀਂ ਬਿਆਨ ਕਰ ਸਕਦੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ। ਸੋ ਗੁਰੂ ਸਾਹਿਬ ਨੇ ਸਮਝਾਇਆ ਵੀ ਉਸ ਪਰਮਾਤਮਾ ਅੱਗੇ ਨੇਵ ਭਾਈ ਉਹਨੂੰ ਝੁੱਕ ਕੇ ਨਮਸਕਾਰ ਕਰ ਤਾਂ ਭਾਈ ਗੱਲ ਬਣੇਗੀ। ਇੱਕ ਬਚਨ ਹੁੰਦਾ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਭਾਈ ਨਮਸਕਾਰ ਕਰੇਗਾ ਉਹਦੇ ਵਿੱਚ ਤੇਰਾ ਭਲਾ ਹੈ। ਤੇ ਅੱਗੇ ਵੀ ਸਮਝਾ ਦਿੱਤਾ ਵੀ ਜੇਕਰ ਵਾਹਿਗੁਰੂ ਦੇ ਨਾਲ ਅਸੀਂ ਜੁੜੇ ਹਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਕੀ ਲਾਭ ਹੈ ਉਹ ਵੀ ਦੱਸਿਆ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਦਾਵਣ ਕਹਿੰਦੇ ਨੇ ਪੱਲੇ ਨੂੰ। ਕਹਿੰਦੇ ਜੇਕਰ ਭਾਈ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹਰੀ ਸੱਜਣ ਦੇ ਲੜ ਲੱਗੇ ਰਹਿਣ ਸਦਕਾ ਉਹ ਫਿਰ ਜਮ ਆਦਿਕ ਨੂੰ ਆਗਿਆ ਨਹੀਂ ਦਿੰਦਾ ਕਿ ਜੀਵ ਨੂੰ ਬੰਨ ਕੇ ਅੱਗੇ ਲਾ ਲੈਣ। ਭਾਵ ਪ੍ਰਭੂ ਦੇ ਲੜ ਲੱਗਿਆ ਵਾਹਿਗੁਰੂ ਦੇ ਨਾਲ ਜੁੜਿਆ ਜਮਨ ਦਾ ਡਰ ਫਿਰ ਪਾਉਂਦਾ ਨਹੀਂ ਜਮਨ ਦਾ ਡਰ ਨਹੀਂ ਸਤਾਉਂਦਾ। ਫਿਰ ਜਦੋਂ ਵਾਹਿਗੁਰੂ ਦੇ ਨਾਮ ਵਿੱਚ ਜੀਵ ਆਪਣੇ ਮਨ ਤਨ ਨੂੰ ਰੰਗ ਲੈਂਦਾ ਫਿਰ ਨਿਡਰ ਹੋ ਕੇ ਭੈ ਰਹਿਤ ਹੋ ਕੇ ਆਪਣਾ ਜੀਵਨ ਬਤੀਤ ਕਰਦਾ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਫਿਰ ਜੀਵਨ ਐਸਾ ਬਣ ਜਾਂਦਾ ਫਿਰ ਜਮਾਂ ਦੀ ਮਾਰ ਦਾ ਡਰ ਜੀਵ ਨੂੰ ਨਹੀਂ ਸਤਾਉਂਦਾ ਕਿਉਂਕਿ ਜਮਾਂ ਦੀ ਮਾਰ ਉਹਨਾਂ ਨੂੰ ਹੀ ਸਹਿੜਨੀ ਪੈਂਦੀ ਹੈ ਜਿਹੜੇ ਵਾਹਿਗੁਰੂ ਦੇ ਨਾਲ ਟੁੱਟ ਗਏ ਨੇ ਜਿਨ੍ਹਾਂ ਦੀ ਦੂਰੀ ਬਣ ਗਈ ਹੈ। ਜਿਹੜੇ ਜੁੜੇ ਨੇ ਜਿੱਥੇ ਮਿਲਾਪ ਹੈ ਉੱਥੇ ਆਤਮਕ ਆਨੰਦ ਹੈ ਆਤਮਕ ਸੁੱਖ ਹੈ ਵਿਛੋੜੇ ਵਿੱਚ ਹੀ ਦੁੱਖ ਹੈ। ਜਿੱਥੇ ਵਿਛੋੜਿਆ ਉੱਥੇ ਫਿਰ ਆ ਕੇ ਮਨੁੱਖ ਨੂੰ ਦੁੱਖ ਰੋਗ ਆ ਕੇ ਚੁੰਮੜਦੇ ਨੇ ਕਿਉਂਕਿ ਪਰਮੇਸ਼ੁਰ ਦਾ ਨਾਮ ਸਾਨੂੰ ਦੁੱਖਾਂ ਤੋਂ ਬਚਾਉਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਹੋਰ ਬਚਨ ਆਉਂਦਾ ਹੈ ਜੇ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੈ ਮਨ ਆਏ। ਵੀ ਵਾਹਿਗੁਰੂ ਦੇ ਲੜ ਲੱਗ ਤੈਨੂੰ ਝੁੱਕ ਕੇ ਨਮਸਕਾਰ ਕਰ ਜੋ ਸਭ ਨਾਲੋਂ ਵੱਡਾ ਅੱਗੇ ਕਿਰਪਾ ਕੀਤੀ ਹੈ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ। ਵੀ ਆਮ ਕਰਕੇ ਸੰਸਾਰਿਕ ਲੋਕ ਹੀਰੇ ਮੋਤੀ ਲਾਲ ਦੁਨਿਆਵੀ ਧਨ ਇਕੱਤਰ ਕਰਨ ਵਿੱਚ ਲੱਗੇ ਹੋਏ ਨੇ। ਗੁਰੂ ਸਾਹਿਬ ਆਖਦੇ ਨੇ ਭਾਈ ਸਾਰੀ ਭੱਜ ਦੌੜ ਹੀ ਦੁਨਿਆਵੀ ਧਨ ਤੱਕ ਹੈ ਵੀ ਦੁਨਿਆਵੀ ਧਨ ਵੱਧ ਤੋਂ ਵੱਧ ਇਕੱਤਰ ਕਰ ਲਿਆ ਜਾਏ ਧਨ ਜੋੜ ਲਿਆ ਜਾਏ। ਪਰ ਗੁਰੂ ਸਾਹਿਬ ਆਖਦੇ ਨੇ ਜੇਕਰ ਇਸ ਧਨ ਨੂੰ ਮਨੁੱਖ ਜੋੜ ਵੀ ਲਏ ਤਾਂ ਉਹਦੇ ਮਨ ਅੰਦਰ ਫਿਰ ਵੀ ਡਰ ਬਣਿਆ ਰਹਿੰਦਾ ਚੋਰ ਚੋਰੀ ਨਾ ਕਰ ਲਏ ਕਿਤੇ ਨਫ਼ਾ ਨੁਕਸਾਨ ਘਾਟਾ ਨਾ ਪੈ ਜੇ
ਇਹ ਧਨ ਮਨੁੱਖ ਸਾਰੀ ਜ਼ਿੰਦਗੀ ਜੋੜਦਾ ਹੈ, ਆਖਰ ਨਾਲ ਨਹੀਂ ਜਾਂਦਾ, ਇੱਥੇ ਛੱਡ ਕੇ ਆਪ ਤੁਰ ਜਾਂਦਾ, ਪਿੱਛੇ ਇਹੀ ਜੋੜਿਆ ਧਨ ਫਿਰ ਲੜਾਈ ਦਾ ਕਾਰਨ ਬਣ ਜਾਂਦਾ। ਧੀਆਂ ਪੁੱਤਰਾਂ ਵਿੱਚ ਲੜਾਈਆਂ, ਭਰਾਵਾਂ 'ਚ ਲੜਾਈਆਂ, ਦੁਨਿਆਵੀ ਧਨ ਕਰਕੇ ਹਿੱਸੇ ਲੈ ਕੇ ਵੀ ਹਿੱਸਾ ਵੰਡਾਉਣਾ, ਵੀ ਤੇਰੇ ਕੋਲ ਜ਼ਿਆਦਾ ਆ ਗਿਆ, ਮੇਰੇ ਕੋਲ ਘੱਟ ਆ ਗਿਆ, ਇਹੀ ਦੁਨਿਆਵੀ ਧਨ ਫਿਰ ਲੜਾਈ ਦਾ ਕਾਰਨ ਬਣ ਜਾਂਦਾ ਹੈ। ਪਰ ਜੇਕਰ ਤੇਰੇ ਕੋਲ ਨਾਮ ਰੂਪੀ ਧਨ ਹੈ, ਤੂੰ ਪਰਮੇਸ਼ਰ ਦਾ ਨਾਮ ਜਪਿਆ, ਗੁਰੂ ਸਾਹਿਬ ਆਖਦੇ ਨੇ ਭਾਈ ਉਹਨੂੰ ਚੋਰ ਚੋਰੀ ਨਹੀਂ ਕਰ ਸਕਦਾ, ਉਹਨੂੰ ਲੱਗਿਆ ਨਾ ਹੀ ਸੰਨ। ਸੰਨ ਤੋਂ ਭਾਵ ਪੁਰਾਣੇ ਸਮੇਂ ਵਿੱਚ ਚੋਰ ਪਾੜ ਲਾ ਕੇ ਮਕਾਨਾਂ ਵਿੱਚ ਉਸ ਸੁਰਾਖ ਕੱਢ ਕੇ ਚੋਰੀ ਕਰਿਆ ਕਰਦੇ ਸਨ। ਇਹ ਦੁਨਿਆਵੀ ਧਨ ਤਾਂ ਚੋਰ ਚੋਰੀ ਕਰ ਸਕਦਾ, ਪਰ ਜੇਕਰ ਤੇਰੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਬਚਨ ਹੁੰਦਾ ਹੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਚੋਰ ਚੋਰੀ ਨਹੀਂ ਕਰ ਸਕਦਾ, ਤਸਕਰ ਚੋਰ ਨੂੰ ਕਹਿੰਦੇ ਨੇ, ਭਾਏ ਨਾ ਸਾਕੈ ਜਾਲੇ, ਵੀ ਅਗਨ ਇਹਨੂੰ ਸਾੜ ਨਹੀਂ ਸਕਦੀ, ਪਾਣੀ ਨੂੰ ਡਬੋ ਨਹੀਂ ਸਕਦਾ, ਕੋਈ ਭੈਣ ਭਰਾ ਧੀ ਪੁੱਤਰ ਤੇਰੇ ਕੋਲੋਂ ਵੰਡਵਾ ਨਹੀਂ ਸਕਦਾ। ਤੂੰ ਨਾਮ ਜਪੇ ਉਹਦਾ ਲਾਭ ਤੈਨੂੰ ਹੀ ਹੈ, ਨਾਮ ਰੂਪੇ ਧਨ ਇਕੱਤਰ ਕਰ। ਅੱਗੇ ਕਿਰਪਾ ਕੀਤੇ, ਰੰਗ ਸਭੇ ਨਾਰਾਇਣ ਜੇਤੇ ਮਨ ਭਵਨ, ਪਰਮਾਤਮਾ ਦੇ ਜਿੰਨੇ ਵੀ ਕੋਤਕ ਹੋ ਰਹੇ ਨੇ ਨਾਮ ਧਨ ਦੀ ਬਰਕਤ ਸਦਕਾ, ਉਹ ਸਾਰੇ ਹੀ ਮਨ ਨੂੰ ਪਿਆਰੇ ਲੱਗਦੇ ਨੇ ਜਦੋਂ ਮਨੁੱਖ ਨਾਮ ਜਪਦਾ ਹੈ। ਇੱਕ ਮਿਕ ਹੋ ਕੇ ਫਿਰ ਪਰਮਾਤਮਾ ਦੀ ਰਜ਼ਾ ਵਿੱਚ ਉਹਨੂੰ ਰਹਿਣਾ ਆ ਜਾਂਦਾ ਹੈ, ਉਹ ਦੁੱਖ ਵਿੱਚ ਵੀ ਸ਼ੁਕਰਾਨਾ ਕਰਦੇ ਨੇ, ਦੁੱਖ ਵੀ ਪਿਆਰਾ ਲੱਗਦਾ, ਵੀ ਇਹ ਵੀ ਵਾਹਿਗੁਰੂ ਦੀ ਦਾਤ ਹੈ। ਬਚਨ ਹੁੰਦਾ, ਕੇਤਿਆਂ ਦੁੱਖ ਭੂਗ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਉਹਨੂੰ ਸੁੱਖ ਵੀ ਪਿਆਰਾ ਲੱਗਦਾ ਤੇ ਦੁੱਖ ਵੀ ਪਿਆਰਾ ਲੱਗਦਾ, ਜਿੱਥੇ ਸੁੱਖ ਦਾਤ ਲੱਗਦੀ ਹੈ ਉਹਨੂੰ, ਫਿਰ ਦੁੱਖ ਵੀ ਪਰਮੇਸ਼ਵਰ ਦੀ ਦਾਤ ਲੱਗਦੀ ਹੈ, ਉਲਾਂਭਾ ਨਹੀਂ ਰਹਿੰਦਾ, ਸ਼ੁਕਰਾਨਾ ਪਰਮਾਤਮਾ ਦਾ ਹਰ ਵਕਤ ਕਰਦਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਫਿਰ ਇਹ ਵੀ ਸਮਝ ਲੱਗ ਜਾਂਦੀ ਹੈ ਵੀ ਵਾਹਿਗੁਰੂ ਨੇ ਸਮਸਤ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਜੀਵ ਉਹਦੇ ਹੁਕਮ ਚ ਬੱਝੇ ਕਾਰ ਕਰ ਰਹੇ ਨੇ, ਜੋ ਜੀਵਾਂ ਪਾਸੋਂ ਕਰਵਾਉਣਾ ਚਾਹੁੰਦਾ ਜੀਵ ਉਹੀ ਕਰਦੇ ਨੇ, ਸੋਈ ਜੀ ਕਰਨ, ਆਪਣੀ ਮਰਜ਼ੀ ਨਹੀਂ। ਜੇ ਹੁਣ ਆਪਾਂ ਸੰਗਤ ਚ ਬੈਠੇ ਆ, ਇਹ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਸਾਹਿਬ ਸਾਨੂੰ ਲੈ ਕੇ ਆਏ ਨੇ, ਨਿਤਨੇਮ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਇਹ ਵਾਹਿਗੁਰੂ ਜੀ ਦੀ ਕਿਰਪਾ ਹੈ। ਨਹੀਂ ਤੇ ਮਨੁੱਖ ਅੰਮ੍ਰਿਤ ਵੇਲੇ ਪਹਿਲੀ ਗੱਲ ਜਾਗਦਾ ਨਹੀਂ ਜੇ ਗੁਰੂ ਦੀ ਕਿਰਪਾ ਨਾ ਹੋਵੇ, ਜੇ ਜਾਗ ਵੀ ਜਾਵੇ, ਜੇ ਗੁਰੂ ਦੀ ਕਿਰਪਾ ਨਹੀਂ ਤੇ ਜਾਗ ਕੇ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰ ਸਕਦਾ, ਨਾਮ ਨਹੀਂ ਜਪਦਾ। ਜੇਕਰ ਆਪਾਂ ਨਾਮ ਜਪਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਇਹ ਵਾਹਿਗੁਰੂ ਜੀ ਦੀ ਬਹੁਤ ਵੱਡੀ ਸਾਡੇ ਤੇ ਕਿਰਪਾ ਹੈ। ਬਖਸ਼ਿਸ਼ ਕਹਿਣ ਤੋਂ ਭਾਵ ਸਾਡੀ ਆਪਣੀ ਕੋਈ ਮਰਜ਼ੀ ਨਹੀਂ, ਆਪਣ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪਣੀ ਸਿਫ਼ ਸਲਾਹ ਦੀ ਦਾਤ ਬਖਸ਼ੀ ਹੈ, ਨਾਮ ਦੀ ਦਾਤ ਬਖਸ਼ੀ ਹੈ, ਜਿਨ੍ਹਾਂ ਨੂੰ ਆਪਣਾ ਬਣਾ ਲਿਆ, ਉਹਨਾਂ ਨੂੰ ਜਗਤ ਵਿੱਚ ਸ਼ਾਬਾਸ਼ ਮਿਲਦੀ ਹੈ, ਵਡਿਆਈ ਮਿਲਦੀ ਹੈ, ਉਹਨਾਂ ਨੂੰ ਸ਼ੋਭਾ ਹੁੰਦੀ ਹੈ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਆਪਣਾ ਬਣਾ ਲਿਆ ਸਹੀ ਕਹੀਏ ਧੰਨ, ਉਹ ਧੰਨ ਨੇ, ਉਹਨਾਂ ਦਾ ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸਵਰ ਗਿਆ, ਨਾਮ ਜਪ ਕੇ ਜਿਉਂਦੇ ਜੀ ਸੰਸਾਰ ਤੇ ਵੀ ਇੱਜ਼ਤ ਮਾਣ ਸਤਿਕਾਰ ਮਿਲਦਾ ਹੈ ਤੇ ਪਰਲੋਕ ਚ ਗਿਆ ਵੀ ਉਹਨਾਂ ਨੂੰ ਸਤਿਕਾਰਿਆ ਜਾਂਦਾ, ਉੱਥੇ ਵੀ ਉਹਨਾਂ ਨੂੰ ਇੱਜ਼ਤ ਮਾਣ ਸਤਿਕਾਰ ਮਿਲਦਾ, ਕਿਉਂਕਿ ਹੋਰ ਜਿਹੜਾ ਦੁਨਿਆਵੀ ਧਨ ਹੈ ਇਹ ਤਾਂ ਨਾਲ ਨਹੀਂ ਜਾਣਾ, ਮਨੁੱਖ ਖਾਲੀ ਹੱਥ ਹੁੰਦਾ, ਖਾਲੀ ਸੰਸਾਰ ਤੋਂ ਤੁਰ ਜਾਂਦਾ, ਨਾਂਗੇ ਆਉਣਾ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਨਾਮ ਤਾਂ ਕੇਵਲ ਸਾਡੇ ਵਾਹਿਗੁਰੂ ਜੀ ਦੇ ਨਾਲ ਜਾਣਾ, ਜਿਹੜਾ ਅਸੀਂ ਜਪਿਆ ਹੋਵੇਗਾ, ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ ਇਹੀ ਸਾਡੇ ਨਾਲ ਨਿਭੇਗਾ ਅੰਤ ਵੇਲੇ ਤੱਕ। ਸਰੀਰ ਭਾਵੇਂ ਸੜ ਕੇ ਸਵਾਹ ਹੋ ਜੇ, ਪਰ ਭਾਈ ਤੇਰਾ ਜਪਿਆ ਹੋਇਆ ਨਾਮ ਅੰਤ ਵੇਲੇ ਤੱਕ ਇਹਨੇ ਤੇਰੀ ਸਹਾਇਤਾ ਕਰਨੀ ਹੈ, ਤੇਰਾ ਮਦਦਗਾਰ ਹੋਵੇਗਾ। ਸੋ ਗੁਰੂ ਸਾਹਿਬ ਆਖਦੇ ਨੇ, ਉਹ ਜੀਵ ਧਨ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਪਿਆਰ ਮਿਲਿਆ, ਜਿਨ੍ਹਾਂ ਨੂੰ ਤੁਰਸ਼ ਕੇ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਹੈ, ਉਹ ਜੀਵ ਧਨ ਨੇ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਕਹਿੰਦੇ ਜੇ ਆਪਣੀ ਸਿਆਣਪ ਦੇ ਨਾਲ ਵਾਹਿਗੁਰੂ ਮਿਲਦਾ ਹੁੰਦਾ, ਆਪਣੀ ਚਤੁਰਾਈ ਦੇ ਨਾਲ, ਆਪਣੀ ਪੜ੍ਹੀ ਹੋਈ ਵਿੱਦਿਆ ਦੇ ਨਾਲ, ਫਿਰ ਕਹਿੰਦੇ ਜੀਵਾਂ ਦਾ ਵਿਛੋੜਾ ਹੀ ਨਹੀਂ ਪੈਣਾ ਸੀ। ਫਿਰ ਜੀਵ ਵਿਛੜ ਕੇ ਜੋ ਅੱਜ ਦੁਖੀ ਨੇ ਵਿਛੋੜੇ ਕਰਕੇ, ਇਹਨਾਂ ਨੇ ਦੁਖੀ ਨਹੀਂ ਹੋਣਾ ਸੀ, ਵੀ ਆਪਣੀ ਸਿਆਣਪ ਦੇ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ, ਉਹਨੂੰ ਜੇ ਮਿਲਣਾ ਫਿਰ ਤਾਂ ਨਿਮਰਤਾ ਵਿੱਚ ਆ ਕੇ ਅਰਦਾਸ ਬੇਨਤੀਆਂ ਕਰਕੇ ਮਿਲਿਆ ਜਾ ਸਕਦਾ। ਭੋਲੇ ਭਾਏ ਮਿਲੇ ਰਗੁਰਾਇਆ,
ਇਹ ਨਹੀਂ ਬਹੁਤੀ ਦੁਨਿਆਵੀ ਵਿਦਿਆ ਪੜ੍ਹ ਲਈ ਤੇ ਪਰਮਾਤਮਾ ਪ੍ਰਸੰਨ ਹੋ ਜਾਏਗਾ, ਨਹੀਂ। ਉਹਨੇ ਤਾਂ ਭਾਈ ਤੇਰਾ ਪਿਆਰ ਵੇਖਣਾ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਵਿੱਚ ਭਿੱਜ ਕੇ ਤੂੰ ਪ੍ਰੇਮਾ ਭਗਤੀ ਕਰੇਗਾ, ਫਿਰ ਤੂੰ ਭਾਈ ਪਰਮਾਤਮਾ ਨੂੰ ਪਾ ਸਕਦਾ, ਨਹੀਂ ਤਾਂ ਕਹਿੰਦੇ ਭਾਈ ਆਪਣੇ ਸਿਆਣਪ ਚਤਰਾਜ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਜੇ ਮਿਲਦਾ ਹੁੰਦਾ ਤੇ ਫਿਰ ਜੀਵਾਂ ਦਾ ਵਿਛੋੜਾ ਨਾ ਪੈਂਦਾ ਤੇ ਜੀਵ ਵਿਛੜ ਕੇ ਦੁਖੀ ਨਾ ਹੁੰਦੇ। ਅੱਗੇ ਕਿਰਪਾ ਕੀਤੀ ਹੈ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਨਣ। ਹੇ ਨਾਨਕ, ਪ੍ਰਭੂ ਦੇ ਮਿਲਾਪ ਦਾ ਆਨੰਦ ਉਹੀ ਜੀਵ ਮਾਣਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਂਦਾ, ਜਿਨ੍ਹਾਂ ਤੇ ਗੁਰੂ ਮਿਹਰਬਾਨ ਹੈ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਕਿਉਂਕਿ ਪੂਰੇ ਗੁਰੂ ਨੇ ਹੀ ਸਾਨੂੰ ਨਾਮ ਦੀ ਦਾਤ ਬਖਸ਼ ਕੇ ਪਰਮਾਤਮਾ ਦੇ ਚਰਨਾਂ 'ਚ ਅਭੇਦ ਹੋਣਾ। ਗੁਰੂ ਨੇ ਹੀ ਸਾਨੂੰ ਪਰਮੇਸ਼ਰ ਨਾਲ ਮਿਲਾਉਣਾ, ਭੇਦ ਕੋਈ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ, ਭੇਦ ਕੋਈ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਕਹਿੰਦੇ ਭਾਈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਪੂਰੇ ਗੁਰੂ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਉਹ ਫਿਰ ਪਰਮੇਸ਼ਰ ਨੂੰ ਪਾ ਲੈਂਦੇ ਨੇ ਨਾਮ ਦੀ ਕਮਾਈ ਕਰਕੇ। ਪਰ ਉਹਦੇ ਲਈ ਤੈਨੂੰ ਅਰਦਾਸ ਕਰਨੀ ਪਵੇਗੀ। ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੈਨੂੰ ਅਰਦਾਸ ਕਰਨੀ ਪਵੇਗੀ, ਤੁਮ ਸ਼ਰਨਾਈ ਆਇਆ ਠਾਕੁਰ, ਤੁਮ ਸ਼ਰਨਾਈ ਆਇਆ। ਉਤਰ ਗਏ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ, ਅਣਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜਦੋਂ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਵੇਂਗਾ, ਗੁਰੂ ਦੇ ਬਚਨਾਂ ਤੇ ਤੁਰੇਗਾ, ਸਵਾਸ ਸਵਾਸ ਨਾਮ ਜਪੇਗਾ, ਫਿਰ ਭਾਈ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੈ, ਫਿਰ ਤੂੰ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਮਾਣ ਸਕਦਾ। ਉਹੀ ਮਿਲਾਪ ਦਾ ਆਨੰਦ ਮਾਣਦੇ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ। ਹਰ ਜੇਠ ਰੰਗੀਲਾ ਤੇ ਸਤਨੀ ਜਿਸ ਕੈ ਭਾਗ ਮਥਨ। ਹੁਣ ਅਖੀਰਲੀ ਪੰਕਤੀ ਗੁਰੂ ਸਾਹਿਬ ਆਖਦੇ ਨੇ, ਜਿਸ ਮਨੁੱਖ ਦੇ ਮੱਥੇ ਉੱਤੇ ਪੁਰਬਲਾ ਭਾਗ ਜਾਗ ਜਾਏ, ਚੰਗੇ ਕਰਮ ਜਿਹਦੇ ਕੀਤੇ ਪਿਛਲੇ ਜਨਮਾਂ ਦੇ ਸਾਹਮਣੇ ਆ ਜਾਣ, ਉਸ ਨੂੰ ਫਿਰ ਜੇਠ ਦਾ ਮਹੀਨਾ ਸੁਹਾਵਣਾ ਲੱਗਦਾ। ਕਿਉਂ? ਪੁਰਬਲੇ ਕੀਤੇ ਹੋਏ ਚੰਗੇ ਕਰਮਾਂ ਦੇ ਸਦਕਾ ਉਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪੂਰਾ ਗੁਰੂ ਪ੍ਰਾਪਤ ਹੋ ਗਿਆ, ਗੁਰੂ ਨਾਲ ਸਾਂਝ ਬਣ ਗਈ, ਗੁਰੂ ਨੇ ਨਾਮ ਦੀ ਦਾਤ ਬਖਸ਼ ਦਿੱਤੀ, ਮਨੁੱਖ ਫਿਰ ਜਿਵੇਂ ਜਿਵੇਂ ਸਵਾਸ ਸਵਾਸ ਟਿੱਕ ਕੇ ਨਾਮ ਜਪਦਾ, ਜਿਵੇਂ ਜਿਵੇਂ ਸ਼ਬਦ ਨੂੰ ਖੋਜਦਾ, ਸ਼ਬਦ ਦੀ ਕਮਾਈ ਕਰਦਾ, ਇੱਕ ਦਿਨ ਐਸਾ ਆਉਂਦਾ ਫਿਰ ਪ੍ਰਭੂ ਚਰਨਾਂ 'ਚ ਅਭੇਦ ਹੋ ਜਾਂਦਾ। ਇਹ ਮਹੀਨਾ ਉਹਨਾਂ ਲਈ ਸੁਹਾਵਣਾ ਹੈ ਜਿਨ੍ਹਾਂ ਨੂੰ ਪੁਰਬਲੇ ਕਰਮਾਂ ਸਦਕਾ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਉੱਤੇ ਪੂਰਾ ਗੁਰੂ ਤ੍ਰਿਸ਼ਟ ਗਿਆ, ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਜੋ ਸਵਾਸ ਸਵਾਸ ਨਾਮ ਜਪਦੇ ਨੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਉਹਨਾਂ ਦੇ ਲਈ ਇਹ ਮਹੀਨਾ ਸੁਹਾਵਣਾ ਹੈ। ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ, ਪਰਮਾਤਮਾ ਦੀ ਬੜੀ ਕਿਰਪਾ ਸਾਡੇ ਤੇ, ਸਭ ਕੁਝ ਉਸ ਮਾਲਕ ਨੇ ਸਾਨੂੰ ਦਿੱਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਧ ਨੀਕੀ ਖਟਾਨੀ। ਸਭ ਕੁਝ ਉਸ ਮਾਲਕ ਨੇ ਦਿੱਤਾ, ਤਨ ਵੀ ਉਹਦਾ, ਮਨ ਵੀ, ਧਨ ਵੀ ਉਹਦਾ ਹੀ ਹੈ, ਤੇ ਉਹਨੇ ਸਾਡਾ ਦੁੱਖ ਸੁੱਖ ਸੁਣਿਆ, ਸੁਣਨਾ ਤੇ ਸੁਣਿਆ ਤੇ ਅੱਗੋਂ ਵੀ ਸੁਣੇਗਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਧ ਨੀਕੀ ਖਟਾਨੀ, ਜੀ ਕੀ ਏਕੈ ਹੀ ਪੈ ਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿੰਨ ਨਹੀਂ ਕੀਮਤ ਜਾਣੀ। ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਵੀ ਉਸ ਮਾਲਕ ਨੂੰ ਝੁੱਕ ਕੇ ਨਮਸਕਾਰ ਕਰ, ਉਹਦੇ ਅੱਗੇ ਨਿਵ, ਜਿਹਦੇ ਅੱਗੇ ਸਾਰਾ ਸੰਸਾਰ ਨਿਭਦਾ, ਜਿਹਨੂੰ ਸਮਸਤ ਸੰਸਾਰ ਝੁੱਕ ਕੇ ਨਮਸਕਾਰ ਕਰਦਾ, ਉਸ ਵਾਹਿਗੁਰੂ ਨਮਸਕਾਰ ਕਰ। ਤੇ ਸੱਚਾਈ ਵੀ ਇਹ ਹੈ, ਜਦੋਂ ਤੱਕ ਸਾਡੀ ਸਾਂਝ ਗੁਰੂ ਨਾਲ ਹੈ, ਬਾਣੀ ਨਾਲ ਸਾਡੀ ਸਾਂਝ ਹੈ, ਉਦੋਂ ਤੱਕ ਹੀ ਸਾਡੇ ਜੀਵਨ ਵਿੱਚ ਆਨੰਦ ਹੈ, ਸੁੱਖ ਹੈ। ਜੇਕਰ ਗੁਰੂ ਨਾਲ ਟੁੱਟੇ ਹੋਏ ਹਾਂ, ਦੂਰੀ ਬਣੀ ਹੈ, ਆਪਾਂ ਵੇਖ ਸਕਦੇ ਹਾਂ ਲੱਖਾਂ ਕਰੋੜਾਂ ਤਾਂ ਜਿਨ੍ਹਾਂ ਕੋਲ ਦੁਨਿਆਵੀ ਧਨ ਹੈ ਉਹ ਵੀ ਦੁਖੀ ਨੇ, ਉਹਨਾਂ ਨੂੰ ਸ਼ਾਂਤੀ ਨਹੀਂ, ਉਹਨਾਂ ਦੇ ਅੰਦਰ ਤ੍ਰਿਸ਼ਨਾ ਬਣੀ ਹੋਈ ਹੈ। ਪਰ ਜੇਕਰ ਵਾਹਿਗੁਰੂ ਦੇ ਨਾਲ ਸਾਂਝ ਹੈ, ਪਿਆਰ ਹੈ, ਮਨੁੱਖ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਂਦਾ, ਨਾਮ ਜਪ ਕੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਅੰਦਰ ਸੰਤੋਖ ਪੈਦਾ ਹੋ ਜਾਂਦਾ, ਸੰਤੋਖ ਦੀ ਪ੍ਰਾਪਤੀ ਹੁੰਦੀ ਹੈ।
गुरु दे चरणां दा नाल जुड़िया गुरु दी बाणी दा जाप कीतियां ही असी दुखां तों बच सकदे हां। बाणी ने ही साडे दुखां नूं दूर करना है, बाणी ही दुख दूर करन वाली है। बाणी पढ़ के असि अपनी मन दियां इच्छावां पूरियां कर सकदे हां। सतसंग जी, जिथे आपां आ के गुरु कोलों दुनियावी दातां मंगदे हां, मंगणियां चाहीदियां ने, उत्थे नाल नाल आ के अपने गुरु कोलों नाम दी दात भी मंगीए, क्योंकि नाम दी दात मिल गई ए दुनियावी दातां नाम अगे तुच्छ ने। नाम ए सब कुछ है, जिन्हों नाम मिल गया परमेश्वर नूं, जिन्हें नाम दी दात बख्श दित्ती, ओ दी फिर कोई मंग इच्छा अधूरी नहीं रहिंदी। मंगिए मंगिए आके गुरु नानक दे घर, जिहड़े थां थां जाके मत्था टेकदे ने ना, उन्हां नूं मिलदा कुछ नहीं। एक गल सानूं पल्ले मान लैणी चाहीदी है, दद्दा दाता एक है सब को देवनहार, देंदे तोट ना आवे अगणत परे भंडार। इको ही दाता देण वाला जो जुगां जुगां तो सानू देंदा आ रहा, देंदा दे लैंदे थक पाहे, जुगा जुगंतर खाही खाए, जो जुगां जुगां तो सानू देंदा आ रहा, उस मालक नूं नमस्कार करिए। नाले धन श्री गुरु ग्रंथ साहिब महाराज चरणां विच अरदास करे, सतगुरु जी ये जो महीना अज प्रारंभ होया साडा सभनां दा बाणी पढ़दिआं सुखमई आनंदमई बतीत करोणा जी। आओ बुलाइए फतेह भुला चुकां दी खिमा। वाहिगुरु जी का खालसा, वाहिगुरु जी की फतेह।